ਸਾਡੇ ਨਾਲ ਡਾਕਟਰ ਪ੍ਰਿਤਪਾਲ ਸਿੰਘ ਜੀ ਜਿਹੜੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਭਾਈ ਖਾਲਸਾ ਜੀ ਫਤਿਹ ਫਤਿਹ ਜੀ, ਕੀ ਵਿਚਾਰ ਦੇਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਜੀ, ਅੱਜ ਸਭ ਤੋਂ ਪਹਿਲਾਂ ਤਾਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਹੋਵੇ। ਜਿੱਥੇ ਅਸੀਂ ਇੱਦਾਂ ਦੇ ਸਮਾਗਮ ਰਚ ਕੇ ਸੋਸ਼ਲ ਜਿਹੜਾ ਸਾਡਾ ਸੈਟਅਪ ਆ, ਸੋਸ਼ਲ ਗੈਦਰਿੰਗ ਆ, ਉਹ ਹੁੰਦੀ ਹੈ। ਨਾਲ ਦੀ ਨਾਲ ਜਿਹੜੀ ਸਾਡੀ ਇਹ ਇਕੱਠ ਹੈਗੇ ਆ ਪੰਥਕ ਤੌਰ 'ਤੇ, ਜਿਹੜੀ ਇੱਥੋਂ ਦੇ ਪੋਲੀਟੀਕਲ ਅਫੇਅਰਸ ਵਾਸਤੇ ਆ ਸਾਡੀ ਜਿਹੜੀ ਤਾਕਤ ਆ ਇਹਨੂੰ ਦਿਖਾਉਣ ਵਾਸਤੇ, ਇਹ ਸਾਡੇ ਕੋਲ ਇੱਕ ਬੜਾ ਅੱਛਾ ਮੌਕਾ ਹੁੰਦਾ। ਅਤੇ ਅਸੀਂ ਜਿਸ ਵੀ ਹਲਕੇ 'ਚ ਜਿਸ ਖਿੱਤੇ 'ਚ ਰਹਿੰਦੇ ਹਾਂ, ਅਸੀਂ ਇਸੇ ਕਰਕੇ ਇਨਕਰੇਜ ਕਰਦੇ ਹਾਂ ਵੀ ਨਗਰ ਕੀਰਤਨਾਂ 'ਤੇ ਵੱਧ ਤੋਂ ਵੱਧ ਸੰਗਤ ਆਵੇ, ਔਰ ਅਸੀਂ ਜਿਹੜੀ ਆਪਣਾ ਪੋਲੀਟੀਕਲ ਕਲਾਊਟ ਆ ਉਹਨੂੰ ਵੀ ਇੱਥੇ ਸ਼ੋਅ ਕਰ ਸਕੀਏ। ਸੋ ਆਪਣਾ TV 84 ਦੀ ਟੀਮ ਨੂੰ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਕਿ ਤੁਸੀਂ ਹਮੇਸ਼ਾ ਹੀ ਜਿਹੜੇ ਪੰਥ ਦੇ ਇਸ਼ੂਜ਼ ਹੁੰਦੇ ਆ ਉਹ ਲੈ ਕੇ ਸਾਹਮਣੇ ਆਉਂਦੇ ਹੋ, ਔਰ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਤੁਸੀਂ ਹਮੇਸ਼ਾ ਕਰਦੇ ਹੋ, ਔਰ ਸੰਗਤਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।